ਭਗਵੰਤ ਮਾਨ ਜੋ ਕਿ ਸੰਗਰੂਰ ਤੋਂ MLA ਨੇ ਉਹ ਆਪਣੇ ਹੜ੍ਹ ਪੀੜਤ ਪੰਜਾਬੀਆਂ ਨੂੰ ਮਿਲਣ ਪਹੁੰਚੇ। ਉੱਥੇ ਜਾ ਕੇ ਉਹਨਾਂ ਦਾ ਹਾਲ ਅਤੇ ਜਾਇਜ਼ਾ ਲਿਆ, ਉਹਨਾਂ ਦੇ ਕੀ ਲੋੜਵੰਦ ਆ ਅਤੇ ਉਹਨਾਂ ਦਾ ਹੌਸਲਾ ਅਫਜਾਈ ਕੀਤੀ ਕਿ ਉਹ ਉਹਨਾਂ ਦੇ ਨਾਲ ਨੇ। ਭਗਵੰਤ ਮਾਨ ਹਮੇਸ਼ਾ ਹੀ ਇੱਕ ਐਕਟਿਵ MLA ਦੇ ਤੌਰ 'ਤੇ ਰਹੇ ਨੇ। ਹਮੇਸ਼ਾ ਲੋਕਾਂ ਦੀ ਹੀ ਗੱਲ ਕਰਦੇ ਨੇ ਅਤੇ ਲੋਕਾਂ ਦੀ ਸਹਾਇਤ ਕਰਨ ਲਈ ਅੱਗੇ ਰਹਿੰਦੇ ਨੇ। ਜਿੱਥੇ ਬਾਕੀ ਸਰਕਾਰਾਂ ਅਤੇ ਲੀਡਰ ਹਜੇ ਤੱਕ ਲੋਕਾਂ ਦਾ ਹਾਲ ਚਾਲ ਪੁੱਛਣ ਤੱਕ ਨਹੀਂ ਪਹੁੰਚੇ, ਉੱਥੇ ਭਗਵੰਤ ਮਾਨ ਆਪਣਾ ਇਲਾਕਾ ਨਾ ਹੁੰਦਿਆਂ ਹੋਇਆਂ ਵੀ ਉਸ ਇਲਾਕੇ ਵਿੱਚ ਜਾ ਕੇ ਲੋਕਾਂ ਦੀ ਸਹਾਨਪੂਰਤੀ ਲਈ ਅਤੇ ਲੋਕਾਂ ਦੀ ਮਦਦ ਕਰਨ ਦਾ ਉਹਨਾਂ ਨੂੰ ਦਿਲਾਸਾ ਦਿੱਤਾ। ਅੱਗੇ ਲੋਕਾਂ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਕਿ ਚਲੋ ਭਗਵੰਤ ਮਾਨ ਉਹਨਾਂ ਦਾ ਹਾਲ ਚਾਲ ਜਾਂ ਫਿਰ ਉਹਨਾਂ ਦੇ ਬਾਰੇ ਜਾਇਜ਼ਾ ਲੈਣ ਤਾਂ ਪਹੁੰਚੇ, ਜਿੱਥੇ ਕੈਪਟਨ ਸਰਕਾਰ ਹਜੇ ਤੱਕ ਕੋਈ ਵੀ ਉਪਰਾਲਾ ਨਹੀਂ ਕਰ ਸਕੀ ਅਤੇ ਨਾ ਹੀ ਉਹਨਾਂ ਤੱਕ ਕੋਈ ਮਦਦ ਜਾਂ ਉਹਨਾਂ ਦੀ ਕੋਈ ਐਸੀ ਜਿਹੀ ਸਹਾਇਤਾ ਕਰ ਸਕੀ ਕਿ ਉਹ ਕੈਪਟਨ ਸਰਕਾਰ ਵੱਲ ਆਪਣਾ ਕੋਈ ਰਾਏ ਦੇ ਸਕਣ। ਅਤੇ ਹਰ ਸਾਲ ਹੀ ਹੁੰਦਾ ਹੈ, ਕੋਈ ਨਵਾਂ ਨਹੀਂ ਸਾਡੇ ਵਾਸਤੇ। ਬਹੁਤ ਸਾਰੇ ਪਿੰਡ ਹੈ ਜਿਹੜੇ ਨੇ ਇਸ ਘੇੜੇ ਵਰਗੇ, ਉਹ ਦਰਿਆਵਾਂ ਦੇ ਵਿੱਚ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਮਾਮਲਾ ਮੈਂ ਭਾਵੇਂ ਸੰਗਰੂਰ ਤੋਂ ਚੁਣਿਆ ਹੋਇਆ ਪਰ ਸਾਰੇ ਪੰਜਾਬ ਦੇ ਉਠਾਊਂਗਾ। ਇਹ ਮਾਮਲਾ ਮੈਂ ਸੈਂਟਰ ਕੋਲ ਉਠਾਊਂਗਾ ਕਿ ਜਿੰਨੇ ਵੀ ਅਜੇ ਪਿੰਡ ਨੇ, 50 ਤੋਂ ਵੱਧ ਪਿੰਡ ਨੇ ਜਿਹੜੇ ਦਰਿਆ ਦੇ ਵਿੱਚ ਨੇ, ਇਹਨਾਂ ਨੂੰ ਕਿਤੇ ਉੱਚੀ ਜਗ੍ਹਾ ਤੇ ਵਸਾਇਆ ਜਾਵੇ ਤੇ ਬਕਾਇਦਾ ਤੌਰ ਤੇ ਮੁਆਵਜ਼ਾ ਦੇ ਕੇ ਉਹਨਾਂ ਨੂੰ, ਕਿਉਂਕਿ ਆਪਾਂ ਤਾਂ ਦੋ ਦੋ ਤਿੰਨ ਤਿੰਨ ਵਾਰੀ ਉੱਜੜ ਗਏ। ਪਹਿਲਾਂ 47 ਵੇਲੇ ਉੱਜੜ ਗਏ, ਫਿਰ 84 ਵੇਲੇ ਉੱਜੜ ਗਏ, ਠੀਕ ਹੈ ਨਾ। ਅਸੀਂ ਤਾਂ ਹਜੇ ਤੱਕ ਟੱਪਰੀ ਵਾਸਾ ਵਾਂਗੂ, ਸਾਡਾ ਤਾਂ ਕੋਈ ਪੱਕਾ ਟਿਕਾਣਾ ਹੀ ਨਹੀਂ ਬਣਿਆ। ਹੁਣ ਆ ਯਾਰ ਦਿੰਦਾ ਹਰ ਸਾਲ ਆ ਬੈਠਿਆ ਤੰਬੂਆਂ ਦੇ ਵਿੱਚ। ਸੋ ਇਸ ਕਰਕੇ ਮਾਮਲਾ ਮੈਂ ਇਹ ਠਾਉਂਗਾ ਕਿ ਇਹਨਾਂ ਪਿੰਡਾਂ ਨੂੰ ਦਰਿਆ ਚੋਂ ਬਾਹਰ ਕੱਢ ਕੇ ਕਿਸੇ ਉੱਚੀ ਜਗ੍ਹਾ ਤੇ ਲੈ ਕੇ ਜਾਓ। ਤੇ ਆਹ ਜਿਹੜੀ ਫਸਲ ਮਰ ਗਈ, ਜਿਵੇਂ ਆ ਭੈਣ ਕਹਿੰਦੀ ਹੈ, ਚਾਰ ਪਸ਼ੂ ਸੀਗੇ ਦੁੱਧ ਵੇਚ ਕੇ ਗੁਜ਼ਾਰਾ ਕਰਦੀ ਸੀ, ਚਾਰ ਦੇ ਚਾਰੇ ਹੋ ਗਏ। ਦੱਸੋ ਹੁਣ ਕੌਣ ਵਾਲੀ ਬੱਸ ਹੈ? ਬੱਚੇ ਪੜ੍ਹਾਉਣ ਦੀ ਗੱਲ ਤੋਂ ਰੋਟੀ ਦੀ ਫਿਕਰ ਹੋਈ ਪਈ ਹੈ। ਸੋ ਮੈਂ ਸਰਕਾਰ ਤੋਂ ਇਹ ਮੰਗ ਕਰੂੰਗਾ, ਮੀਡੀਆ ਨੂੰ ਮੈਂ ਕਿਹਾ ਕਿ ਕਲੌਰੀ ਬਾਅਦ ਚੋਂਦੀ ਰਹੂਗੀ, ਪਹਿਲਾਂ ਘੱਟੋ ਘੱਟ 20,000 ਰੁਪਇਆ ਇੱਕ ਕਿੱਲੇ ਦਾ ਮੁਆਵਜ਼ਾ ਹੁਣੇ ਦੇ ਕੇ ਜਾਓ ਜਦੋਂ ਸਾਨੂੰ ਲੋੜ ਹੈ। ਸਾਨੂੰ ਪਟਵਾਰੀਆਂ ਦੇ ਗੇੜੇ ਨਾ ਕਢਾਇਓ, ਸਾਥੋਂ ਕਾਨੂੰਨ ਕੋ ਤਹਿਸੀਲਾਂ ਦੇ ਗੇੜੇ ਮਾਰਾਂਗੇ, ਸਾਡੇ ਜ਼ਖਮਾਂ ਤੇ ਲੂਣ ਫੂਕੋਂਗੇ। ਜਿੰਨੇ ਚਿਰ ਕਾਗਜ਼ ਪੂਰੇ ਹੋਣਗੇ, ਪੈਸੇ ਉੱਥੋਂ ਰੁਪਈਆ ਚੱਲਦਾ ਹੈ ਚੰਡੀਗੜ੍ਹੋਂ, ਤਾਂ ਸਾਡੇ ਤੱਕ ਆਉਂਦੇ ਆਉਂਦੇ 10 ਜਾਂ 25 ਰਹਿ ਜਾਂਦੇ ਆ, ਉਹ ਵੀ ਪਤਾ ਨੀ ਕਿੰਨੀਆਂ ਕੁ ਖੱਜਲ ਖੁਆਰੀਆਂ ਤੋਂ ਬਾਅਦ ਮਿਲਦੇ ਆ। ਸੋ ਮੈਂ ਪਾਰਲੀਮੈਂਟ ਦੇ ਵਿੱਚ ਵੀ ਤੇ ਵਿਧਾਨ ਸਭਾ ਚ ਮੈਡਮ ਸਰਬਜੀਤ ਕੌਰ ਮਾਣੂਕੇ ਜਗਰਾਓਂ ਤੋਂ MLA ਮੇਰੇ ਨਾਲ ਆਏ ਨੇ, ਇਹ ਮਾਮਲਾ ਭੈਣ ਜੀ ਵਿਧਾਨ ਸਭਾ ਦੇ ਵਿੱਚ ਵੀ ਜ਼ੋਰ ਸ਼ੋਰ ਨਾਲ ਮੰਤਰੀ ਤੋਂ ਟਾਈਮ ਲਓ ਹੁਣ ਕਿ ਤੁਸੀਂ ਜਾ ਕੇ ਉੱਥੇ ਲੋਕਾਂ ਦਾ ਹਾਲ ਦੇਖੋ। ਇਹ ਹੈਲੀਕਾਪਟਰ ਤੇ ਦੇਖ ਕੇ ਮੁੜ ਜਾਂਦੇ, ਹੈਲੀਕਾਪਟਰ ਨਾਲ ਗਰੀਬ ਦਾ ਚੁੱਲ੍ਹਾ ਤਾਂ ਨੀ ਦਿਖਦਾ ਨਾ, ਹੈਲੀਕਾਪਟਰ ਚੋਂ ਤੇ ਬੁਝ ਗਿਆ ਜਾਂ ਮੱਚਦਾ। ਸੋ ਅਸੀਂ ਤੁਹਾਡੇ ਨਾਲ ਆ, ਤੁਹਾਡੇ ਵਰਗੇ ਆ, ਤੁਹਾਡੇ ਘਰ ਤੁਹਾਡੇ ਵਰਗੇ ਹਾਲਾਤਾਂ ਚੋਂ ਅਸੀਂ ਨਿਕਲੇ ਹੋਏ ਆ, ਆਮ ਘਰਾਂ ਦੇ ਮੁੰਡੇ ਆ। ਸੋ ਹੁਣ ਸਾਡੇ ਹੱਥ 'ਚ ਤੁਸੀਂ ਤਾਕਤ ਦਿੱਤੀ ਹੋਈ ਹੈ, ਤਾਂ ਅਸੀਂ ਤਾਕਤ ਨੂੰ ਤੁਹਾਡੇ ਵਾਸਤੇ ਵਰਤਾਂਗੇ, ਕਿਉਂਕਿ ਮੈਨੂੰ ਨੀ ਲੱਗਦਾ ਇਹਨਾਂ ਨੇ ਇਹਨਾਂ ਵੱਲੋਂ ਤੁਹਾਨੂੰ ਕੋਈ ਸਹਾਇਤਾ ਹੋ ਗਿਆ। ਤਾਂ ਪਿਛਲੀਆਂ ਗਰਦੌਰੀਆਂ ਦੇ ਪੈਸੇ ਨਹੀਂ ਮਿਲੇ, ਨਰੇਗਾ ਦੇ ਪੈਸੇ ਨਹੀਂ ਮਿਲੇ, ਮੈਂ ਕੋਈ ਨਹੀਂ ਆਇਆ ਚਾਰ ਚ ਆ ਗਿਆ ਤੇ ਮੁੜ ਕੇ ਮੈਂ ਉਹਨਾਂ ਦਿਖਾਵਾਂ ਮੈਂ ਤੁਹਾਡੇ ਕੋਲ ਤੁਹਾਡੀਆਂ ਮਰੀਆਂ ਹੋਈਆਂ ਫਸਲਾਂ, ਮਰੇ ਹੋਏ ਪਸ਼ੂਆਂ ਤੇ ਡਿੱਗੇ ਹੋਏ ਘਰਾਂ ਦੇ ਪੈਸੇ ਨਹੀਂ ਮਿਲਦੇ। ਮੈਂ ਤੁਹਾਡੇ ਕੋਲ ਇੱਥੇ ਚਾਹੇ ਮੈਨੂੰ ਹਰ 10ਵੇਂ ਦਿਨ 5ਵੇਂ ਦਿਨ ਆਉਣਾ ਪਵੇ, ਮੈਂ ਆਉਂਦਾ ਰਹੂੰਗਾ। ਮੈਂ ਉਹ ਗੱਲ ਕਹਿੰਦੀ ਨੀ ਜਿਹੜੀ ਮੈਂ ਪੂਰੀ ਨਾ ਕਰ ਸਕਾਂ, ਠੀਕ ਹੈ ਨਾ। ਸੋ ਕੋਈ ਨੀ, ਇੱਕ ਵਾਰੀ ਆਹ ਸੰਕਟ ਨੂੰ ਘੇਰਾ ਕੱਢ ਲਈਏ। ਰਾਸ਼ਨ ਪਾਣੀ ਦੀਆਂ ਗੱਡੀਆਂ ਟਰੈਕਟਰ ਬਹੁਤ ਖੜੇ ਨੇ, ਪਸ਼ੂ ਜਿਹੜੇ ਬਾਹਰ ਨੇ ਉਹਨਾਂ ਨੂੰ ਹਰਾ ਚਾਰਾ ਹੈਗਾ, ਉਹ ਬਹੁਤ ਸਾਰੇ ਲੋਕ
ਸਾਡੇ ਤੋਂ ਬਿਨਾਂ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਦਰਿਆ ਦਿਲ ਪਏ ਨੇ। ਹਾਂਜੀ ਹਾਂਜੀ ਕੋਈ ਗੱਲ ਨੀ, ਇਹ ਥੋੜਾ ਸਾਰਾ ਮੈਂ ਲਿਖ ਕੇ ਮੈਂ ਸਰਪੰਚ ਸਾਹਿਬ ਦਾ ਨੰਬਰ ਨੋਟ ਕਰ ਲਿਆ ਤੇ ਸਰਪੰਚ ਸਾਹਿਬ ਨੂੰ ਵੀ ਮੈਂ ਨੰਬਰ ਉਹਨਾਂ ਦੇਤਾ। ਕੋਈ ਕਿਸੇ ਕਿਸਮ ਦਾ ਕੋਈ ਤੁਹਾਨੂੰ ਤੰਗ ਕਰਦਾ ਹੋਵੇ, ਕੋਈ ਪਟਵਾਰੀ ਰਿਸ਼ਵਤ ਮੰਗਦਾ ਹੋਵੇ, ਕੋਈ ਕਾਨੂੰ ਕੋਈ ਤਹਿਸੀਲਦਾਰ ਤੁਹਾਨੂੰ ਇਹਦੇ ਲਿਖਣ ਦੇ ਬਦਲੇ ਕਹਿੰਦਾ ਹੋਵੇ ਮੈਨੂੰ ਇੰਨੇ ਦੇਣੇ ਮੈਂ ਕਿਸੇ ਨਾਲ ਲਿਖ ਲਉਂਗਾ। ਤੁਸੀਂ ਸਮਝੋ ਕਿ ਤੁਸੀਂ ਲਾਵਾਰਸ ਹੋ, ਅਸੀਂ ਤੁਹਾਡੇ ਨਾਲ ਖੜਾਂਗੇ, ਠੀਕ ਹੈ ਨਾ। ਨੰਬਰ ਮੈਂ ਦੇਤਾ, ਕਿਸੇ ਨੇ ਵੀ ਨੰਬਰ ਮੇਰਾ ਲੈਣਾ ਸਰਪੰਚ ਸਾਹਿਬ ਕੋਲ, ਸਾਡੇ ਨਾਲ ਸਿੱਧੀ ਗੱਲ ਕਰੋ। ਕੋਈ ਤੁਹਾਨੂੰ ਅਫਸਰ ਤੰਗ ਕਰਦਾ ਜਾਂ ਕੋਈ ਤੁਹਾਨੂੰ ਕਾਗਜ਼ ਪੱਤਰ ਚ ਕੋਈ ਜਾਂ ਕੋਈ ਕਰਦਾ ਕੋਈ ਘਪਲੇਬਾਜ਼ੀ ਤਾਂ ਸਾਡੇ ਨਾਲ ਕਰ, ਠੀਕ ਹੈ। ਬਹੁਤ ਬਹੁਤ ਧੰਨਵਾਦ। ਸਾਡੇ ਵਾਲੇ ਪਾਸੇ ਘੱਗਰ ਹੈ ਜਿਹੜਾ, ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਵੀ ਘੱਗਰ ਨੇ ਬਹੁਤ ਨੁਕਸਾਨ ਕਰਤਾ ਸੀ, ਇੱਕ ਵਾਰੀ ਫੇਰ ਇਸ ਘੱਗਰ ਜਿਹੜਾ ਉਹ ਚੜਿਆ ਹੋਇਆ ਤੇ ਇਹ ਜਿਹੜਾ ਸਤਲੁਜ ਤੇ ਬਿਆਸ ਦਾ ਜਿਹੜਾ ਹੜ ਹੈ, ਜੇ ਆਪਾਂ ਇਹਨੂੰ ਕਵਾਂਗੇ ਕਿ ਇਹ ਕੁਦਰਤੀ ਹੈ ਤਾਂ ਮੇਰੇ ਖਿਆਲ 'ਚ ਕੁਦਰਤ ਨਾਲੋਂ ਜ਼ਿਆਦਾ ਇਹਦੇ ਵਿੱਚ ਜਿਹੜਾ ਯੋਗਦਾਨ ਹੈ ਦੋਸ਼ੀ ਹੈ ਉਹ ਅਸੀਂ ਸਾਡੀਆਂ ਸਰਕਾਰਾਂ ਨੇ। ਜਿਵੇਂ ਕਿ ਜਿੰਨਾ ਰੇਤ ਮਾਫੀਆ ਨੇ 50-50 ਫੁੱਟ ਡੂੰਘੀਆਂ ਖੱਡਾਂ ਬਣਾ ਕੇ ਇਲੀਗਲ, ਇੱਕ ਖੱਡ ਦੀ ਪਰਮਿਸ਼ਨ ਲੈ ਕੇ ਨਾਲ 4-5 ਇਲੀਗਲ ਚਲਾ ਕੇ ਉਹਨਾਂ ਦੇ ਟਿੱਪਰਾਂ ਨੇ ਜਿਹੜੇ ਕਿਨਾਰਿਆਂ ਤੋਂ ਉੱਥੇ ਟਿੱਪਰ ਲੰਘਦੇ ਸੀਗੇ ਉਹ ਕਮਜ਼ੋਰ ਕਰਤੇ ਤੇ ਉੱਥੋਂ ਉੱਥੋਂ ਘੱਗਰ ਤੇ ਆਪਣਾ ਸਤਲੁਜ ਤੇ ਬਿਆਸ ਟੁੱਟੇ ਆ ਜਿੱਥੇ ਜਿੱਥੇ ਰੇਤ ਮਾਫੀਆ ਸੀ। ਸੋ ਇੱਕ ਰੇਤ ਮਾਫੀਆ ਜਿਹੜਾ ਵੱਡੀ ਇੱਕ ਇੱਕ ਇਹਦੇ ਵਿੱਚ ਕਾਰਨ ਹੈ ਵੱਡਾ। ਔਰ ਹੈਰਾਨੀ ਦੀ ਗੱਲ ਹੈ ਕਿ ਸੁਖਬੀਰ ਬਾਦਲ ਕਹਿ ਰਿਹਾ ਕਿ ਰੇਤ ਮਾਫੀਆ ਕਰਕੇ ਹੋ ਰਿਹਾ, ਜਿਹਨੇ ਸ਼ੁਰੂ ਕੀਤਾ ਇਹ ਕੰਮ ਪਹਿਲਾਂ ਆਪਣੇ ਗਰੀਬਾਂ 'ਚ ਤਾਂ ਝਾਕ ਲੈਣ ਨਾ ਉੱਥੋਂ ਕੈਪਟਨ ਸਾਹਿਬ ਉਹਨਾਂ ਨੇ ਉਸ ਰੇਤ ਮਾਫੀਆ ਨੂੰ ਆ ਕੇ ਵਧਾਇਆ ਕੰਮ, ਹਿੱਸਾ ਆਪਦਾ ਪਾ ਲਿਆ ਉਹਦੇ ਵਿੱਚ। ਸੋ ਹਜ਼ਾਰਾਂ ਏਕੜ ਜਿਹੜੀ ਹੈ ਗੱਲਾ ਆ ਸੰਘੇੜਾ ਪਿੰਡ ਹੈ ਇਹਦੇ ਆਲੇ ਦੁਆਲੇ ਦੇ ਇਲਾਕੇ ਦੀ, 12,000 ਏਕੜ ਤੋਂ ਟੋਟਲ ਇਕੱਲੇ ਇਸ ਇਲਾਕੇ ਦੇ ਛੋਟੇ ਜਿਹੇ ਏਰੀਏ ਦੀ 12,000 ਏਕੜ ਹੈ ਜਿਹੜੀ ਉਹ ਪ੍ਰਭਾਵਿਤ ਹੋਈ ਹੈ। ਔਰ ਝੋਨਾ ਜਿਹੜਾ ਉਹ ਖਤਮ ਹੋ ਗਿਆ, 4-4-5-5 ਲੱਖ ਰੁਪਈਆ ਲਾ ਕੇ ਜਿਹੜੇ ਕਿਸਾਨ ਨੇ ਉਹਦੇ ਟਰੈਕਟਰ ਵੀ ਹਜੇ ਡੁੱਬੇ ਪਏ ਨੇ ਜਿਹੜੇ ਹੁਣ ਥੋੜ੍ਹਾ ਜਿਹਾ ਪਾਣੀ ਘਟਿਆ ਅਤੇ ਨਜ਼ਰ ਆਉਣ ਲੱਗੇ। ਸੋ ਗੁਰਦੌਰੀਆਂ ਬਹੁਤ ਹੋ ਗਈਆਂ, ਇਸ ਤੋਂ ਪਹਿਲਾਂ ਵੀ ਮੈਨੂੰ ਦੱਸਿਆ ਪਿੰਡ ਵਾਲਿਆਂ ਨੇ ਸਰਪੰਚ ਸਾਹਿਬ ਖੜੇ ਨੇ ਕਿ ਗੁਰਦੌਰੀਆਂ ਹੋ ਜਾਂਦੀਆਂ ਨੇ ਪਰ ਬਾਅਦ 'ਚ ਕਈ ਵਾਰੀ ਮਜ਼ਾਕ ਜ਼ਖਮਾਂ 'ਤੇ ਨਮਕ ਛਿੜਕਣ ਵਾਲਾ ਵੀ ਹੁੰਦਾ ਕਿ 126 ਰੁਪਈਆਂ ਦਾ ਚੈੱਕ, 225 ਰੁਪਈਆਂ ਦਾ ਚੈੱਕ। ਇਸ ਤਰ੍ਹਾਂ ਮੈਂ ਆਪਣੀ ਪਾਰਟੀ ਵੱਲੋਂ ਸਾਡੇ MLA ਜਗਰਾਓਂ ਡਿਪਟੀ ਲੀਡਰ ਨੇ ਜਿਹੜੇ ਕਿ ਵਿਧਾਨ ਸਭਾ 'ਚ ਮੈਡਮ ਸਰਬਜੀਤ ਕੌਰ ਵੱਲੋਂ ਔਰ ਸਾਡੀ ਜਿੰਨੇ ਵੀ ਇਸ ਅਸੀਂ ਪਿਛਲੇ ਦੋ ਤਿੰਨ ਦਿਨ ਤੋਂ ਰਾਜਨੀਤਿਕ ਗਤੀਵਿਧੀਆਂ ਬੰਦ ਕਰਕੇ ਅਸੀਂ ਆਪਣੇ ਵਲੰਟੀਅਰ ਅਤੇ ਵਰਕਰਾਂ ਨੂੰ ਮੈਂ ਤੁਹਾਡੇ ਜ਼ਰੀਏ ਹੁਣ ਵੀ ਅਪੀਲ ਕਰਦਾ ਕਿ ਜਿੱਥੇ ਵੀ ਜੋ ਮੌਕਾ ਮਿਲਦਾ ਹੈ ਲੋੜਵੰਦਾਂ ਦੀ ਸਹਾਇਤਾ ਕਰਨ ਦਾ, ਹੈਲਪ ਕਰਨ ਦਾ, ਉਹ ਜ਼ਰੂਰ ਕਰੋ ਕਿਉਂਕਿ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ। ਸਰਕਾਰਾਂ ਤੋਂ ਉਮੀਦਾਂ ਪਹਿਲਾਂ ਵੀ ਛੱਡੀਆਂ ਹੋਈਆਂ ਸੀ ਲੋਕਾਂ ਦੇ, ਹੁਣ ਹੋਰ ਦਿਲ ਤੋੜਤੇ। ਸੋ ਕੈਪਟਨ ਸਾਹਿਬ ਜੇ ਥੋੜ੍ਹਾ ਬਹੁਤ ਵੀ ਤੁਹਾਡੇ ਅੰਦਰ ਪੰਜਾਬ ਪ੍ਰਤੀ ਦਰਦ ਬਾਕੀ ਹੈ ਤਾਂ ਕਿਰਪਾ ਕਰਕੇ ਆਪ ਖੁਦ ਭਾਵੇਂ ਨਾ ਆਓ, ਤੁਸੀਂ ਜੋ ਤੁਸੀਂ ਆਉਂਦੇ ਤਾਂ ਸਿਕਿਉਰਿਟੀ ਦੀ ਪ੍ਰੋਬਲਮ ਆ ਜਾਂਦੀ ਹੈ, ਅਫਸਰਾਂ ਨੂੰ ਹਦਾਇਤਾਂ ਕਰੋ ਕਿ ਉਹ ਨਾਲ ਲੋਕਾਂ ਦੇ ਬੈਠਣ
ਉਹ ਬੰਨਾਂ ਤੇ ਬੈਠਣ, ਕੋਈ ਹੋਰ ਬੰਨ ਟੁੱਟਣ ਦਾ ਖਰਚਾ ਜਾਂ ਕੋਈ ਹੋਰ ਪਾਣੀ ਛੱਡ ਕੇ ਉਧਰੋਂ ਜੇ ਕਿਤੇ ਜਿਹੜੇ ਫਸੇ ਹੋਏ ਲੋਕ ਨੇ ਇਸ ਵਕਤ ਜਿਹੜੇ ਡੰਗਰ ਪਸ਼ੂ ਮਰ ਗਏ, ਸਪੈਸ਼ਲ ਗਰਦੌਰੀ ਕਰੋ, ਕਿਉਂਕਿ ਇਕੱਲੀ ਗਰਦੌਰੀ ਦੇ ਵਿੱਚ ਤਾਂ ਜਿਹੜਾ ਇਕੱਲੀ ਫਸਲ ਆਉਂਦੀ ਹੈ, ਸਪੈਸ਼ਲ ਗਰਦੌਰੀ 'ਚ ਤੁਹਾਡੇ ਜਿਹੜੇ ਘਰ ਡਿੱਗੇ ਨੇ ਅਤੇ ਜਿਹੜੇ ਪਸ਼ੂ ਮਰੇ ਨੇ ਉਹਨਾਂ ਦਾ ਵੀ ਮੁਆਵਜ਼ਾ ਵਿੱਚੋਂ। ਹਾਂ, ਸੋ 100% ਹੀ ਨੁਕਸਾਨ ਹੈ, ਔਰ ਇਹ ਪਹਿਲੀ ਵਾਰ ਨਹੀਂ ਹੋਇਆ। ਸਾਲ ਕੁ ਛੱਡ ਕੇ ਕਹਿੰਦੇ ਹਰ ਵਾਰ ਮਰ ਜਾਂਦੇ ਹਾਂ, ਸੋ ਕੋਈ ਪੱਕਾ ਹੱਲ, ਸਥਾਈ ਹੱਲ, ਇੱਕ ਦੋ ਮੰਗਾਂ ਜਿਹੜੀਆਂ ਨੇ ਉਹ ਉੱਭਰ ਕੇ ਸਾਹਮਣੇ ਆਈਆਂ ਨੇ ਜਿੰਨਾ ਚਿਰ ਮੈਂ ਵਿਚ ਰਿਹਾ। ਇੱਕ ਤਾਂ ਜਿਹੜਾ ਕੈਰੋਂ ਸਰਵੇ ਹੋਇਆ ਸੀਗਾ, ਉਹ ਜਿਹੜਾ ਰਿੰਗ ਬੰਨ ਜਿਹੜਾ ਵੀ ਜੋ ਕੇਰਾ ਬਣਨਾ ਸ਼ੁਰੂ ਹੋ ਗਿਆ ਸੀਗਾ, ਬਣਿਆ ਸੀ ਚਾਰ ਪੰਜ, ਹਾਂ, ਬਾਅਦ ਚ ਉੱਤੇ ਤੇ ਕੋਈ ਰਾਜਨੀਤੀ ਸ਼ੁਰੂ ਹੋ ਗਈ, ਬਣਿਆ ਜੀ ਉਹ ਵੋਟਾਂ ਵੇਲੇ ਫੇਰ ਕੱਢ ਲੈਂਦੇ, ਮਤਲਬ ਫਿਰੋਜ਼ਪੁਰ ਦਾ ਹਲਕਾ ਡੇਰੇ ਦਾ 20 ਕਿਲੋਮੀਟਰ ਦਾ ਟੋਟਾ ਮਨਜ਼ੂਰ ਹੋਇਆ, 13 ਕਿਲੋਮੀਟਰ ਦਾ ਟੋਟਾ ਤਾਂ ਕੰਪਲੀਟ ਹੋ ਗਿਆ ਨਾ, ਤੇ 7 ਕਿਲੋਮੀਟਰ ਦਾ ਜਿਹੜਾ ਧਰਮਕੋਟ ਦਾ ਏਰੀਆ ਜਿਹੜੀ 12,000 ਏਕੜ ਜ਼ਮੀਨ ਇਹ ਕਿਉਂਕਿ ਛੱਡਤਾ, ਧਰਮਕੋਟ ਦਾ ਜਿਹੜਾ ਹਲਕਾ ਨਾ MLA ਹਲਕਾ 7 ਕਿਲੋਮੀਟਰ ਦਾ ਟੋਟਾ ਰਹਿੰਦਾ, ਬਾਕੀ ਜਿਹੜਾ ਜਿੱਥੋਂ ਤੁਸੀਂ ਆਏ ਆ ਸੰਘੇੜਿਆ ਤੋਂ ਉਦੋਂ ਬੋਗਾ ਤੋਂ ਲੈ ਕੇ ਗਿੱਦੜ ਟੋਲੀ ਤਾਈਂ ਤਾਂ ਰਿੰਗ ਬੰਨ ਲੱਗ ਗਿਆ, ਮੁਕੰਮਲ ਜਨਮੇਜਾ ਸਿੰਘ ਸੇਖੋ ਹਰੀ ਸਿੰਘ ਲਵਾ ਕੇ ਇਹ ਧਰਮਕੋਟ ਦਾ ਜਿਹੜਾ ਸੀ ਸਿਆਸ ਦੀ ਭੇਟ ਚੜ ਗਿਆ ਇੱਥੇ ਲੱਗਾ 12,000 ਏਕੜ। ਗੱਲ ਸੁਣ ਮੇਰੀ ਜੀ, ਸਰ ਮਤਲਬ ਪਤਾ ਕੀ ਆ, ਇਹ ਜੀ ਆਪਣਾ ਕੁਦਰਤੀ ਆਫਤ ਨਹੀਂ ਗਾ, ਇਹ ਸਿਆਸਤ ਦਾ ਘੋੜਾ, ਸਿਆਸਤ ਦਾ ਘੋੜਾ ਚੱਲਦਾ ਜੀ ਸਾਡੇ ਤੇ। 12,000 ਏਕੜ ਜ਼ਮੀਨ, 6 ਕਰੋੜ ਰੁਪਇਆ ਹਰ ਸਾਲ, ਪਿਛਲੇ ਸਾਲ ਮੁਆਵਜ਼ਾ ਦਿੱਤਾ ਜੀ, ਖਰਚਾ ਹੋਇਆ ਤਕਰੀਬਨ ਮੇਰਾ ਖਿਆਲ ਵੀ ਜੇ ਆਪਾਂ ਲਾਈਏ ਤਾਂ ਅੰਦਾਜ਼ਾ 15,000 ਤੋਂ 20,000 ਤੇ ਮੁਆਵਜ਼ਾ ਦਿੱਤਾ ਸਾਨੂੰ 4,000, ਉਹ ਵੀ ਪਰਸੋਂ ਰਾਤ ਨੂੰ ਆਇਆ, ਪਿਛਲੇ ਸਾਲ ਉਹ ਵੀ ਮੀਡੀਆ ਮੂਡੀਆ ਆ ਗਿਆ ਇੱਥੇ ਤਾਂ ਕਰਕੇ ਦੇ। ਫਿਰ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਜਿਹੜਾ ਵੀ ਇੱਥੇ DC ਆਉਂਦੇ ਆ ਜਾਂ ਤਹਿਸੀਲਦਾਰ ਆਉਂਦੇ ਆ, ਉਹ ਕਹਿੰਦੇ ਜੀ ਤੁਸੀਂ ਦਰਿਆ 'ਚ ਝੋਨਾ ਲਾਈ ਬੈਠੇ ਆ, ਮੇਰੀ ਇੱਕ ਰਿਕੁਐਸਟ ਸੁਣੋ, ਮਾਲ ਮਹਿਕ ਮੈਨੂੰ ਕਹਿ ਦਿਓ DC ਨੂੰ ਅਸੀਂ ਚੈਲੰਜ ਕਰਦੇ ਹਾਂ ਵੀ ਸਾਨੂੰ ਸਤਲੁਜ ਦਰਿਆ ਦੇ ਵਿੱਚ 1 ਮਰਲਾ ਵੀ ਜ਼ਮੀਨ ਮਾਲ ਭਾਗ ਦੇ ਜੋ ਖਾ ਦੇ, ਦਰਿਆ ਸਤਲੁਜ ਦਾ ਇੰਨਾ ਏਰੀਆ ਹੈਗਾ। ਹੈਰਾਨਗੀ ਦੀ ਗੱਲ ਹੈ ਵੀ ਮਤਲਬ ਬੰਨ ਬਾਜਦੇ ਆ ਜਾਂ ਮਤਲਬ ਸੂਏ ਬਾਜਦੇ ਆ, ਉਹਨਾਂ ਦੀ ਜ਼ਮੀਨ ਪਲੱਜ ਕੀਤੀ ਜਾਂਦੀ ਆ। ਇੱਕ ਮਿੰਟ, ਜਿਹੜਾ ਬੰਨ ਜਿਹੜਾ ਦਰਿਆ ਸਤਲੁਜ ਦਾ ਦਰਿਆ ਜਿਹੜਾ ਇੰਨੀ ਮਾਰ ਮਾਰਿਆ, ਮਾਲ ਮਹਿਕ ਦੇ ਰਿਕਾਰਡ 'ਚ 1 ਮਰਲਾ ਜ਼ਮੀਨ ਉਹਦੇ ਨਾਂ, ਮਤਲਬ ਸਤਲੁਜ ਦੇ ਨਾਂ ਨਹੀਂ, ਬਿਲਕੁਲ ਇਹਦੇ ਨਾਂ ਹੈ। ਫਿਰ ਬੁੱਧੂ ਬਣਾਉਂਦੇ ਆ ਜੀ DC ਸਾਹਿਬ ਆਏ, ਤੁਸੀਂ ਦਰਿਆ ਦੇ ਵਿੱਚ ਨਾ ਮਤਲਬ ਦਰਿਆ ਦੇ ਫਸਲੀ ਨਾ ਬੀਜੋ ਜੀ, ਕਿੱਥੇ ਬੀਜੇ? ਇੱਕ ਭੈਣੀ ਜ਼ਮੀਨ ਦੇ ਦਿਓ, ਜਿਸ ਪਿੰਡ 'ਚ ਤੁਸੀਂ ਖੜੇ ਆ ਇਸ ਦਾ 500 ਏਕੜ ਜ਼ਮੀਨ ਆ ਸਾਰੀ ਇਸ ਭੈਣੀ ਦੀ, ਜਿਹਦੇ 'ਚ 265 ਏਕੜ ਇਹਦਾ, ਮੈਨੂੰ ਦੱਸੋ ਬੱਚੇ ਕਿੱਧਰ ਕਾਹਦੇ ਨਾਲ ਪਾਲੋਂਗੇ, 500 ਏਕੜ 'ਚ ਉਹ ਸੰਘੇੜਾ ਤਾਂ 630 ਇੱਧਰ ਹੀ, ਸਾਡੀ 265 ਆ ਜੀ, ਅੱਧਾ ਇੱਧਰ ਹੈ, ਇੱਧਰ ਇੱਧਰ ਅਤੇ ਦੂਸਰਾ ਜਿਹੜਾ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਗਿੱਦੜ ਪਿੰਡੀ ਵਾਲਾ ਪੁਲ ਜੀ, ਉਹਦੇ 'ਚੋਂ 18 ਦਰ 2 ਦਰ ਚੱਲ ਰਹੇ ਆ, ਜਿਹੜਾ ਦੁਆਬਾ ਡੋਬਿਆ ਸਾਰਾ ਡੋਬਿਆ, ਬਿਲਕੁਲ ਜਾਮ ਹੋਇਆ ਪਿਆ, ਤੁਸੀਂ ਜਾ ਕੇ ਵੇਖ ਸਕਦੇ, 1 ਇੰਚ ਵੀ ਪਾਣੀ ਉੱਥੋਂ ਨਹੀਂ ਕਰੋਸ ਕਰ ਰਿਹਾ, 1 ਇੰਚ ਵੀ ਪਾਣੀ ਦੀ ਕਰੋਸ ਕਰ ਰਿਹਾ, ਮੀਆਂ ਗੇਟਾਂ ਨੂੰ 18 ਬਿਲਕੁਲ ਬੜੇ ਐਮਪੀ ਆਏ ਇੱਥੇ, ਝੰਡੀਆਂ ਲਵਾ ਦੇਣੀਆਂ ਮਤਲਬ ਕਲੀਆਂ ਪਵਾ ਦੇਣੀਆਂ ਵੀ ਲੱਗ ਗਿਆ ਬੰਨ ਜੀ, ਵੋਟਾਂ ਲੈ ਕੇ ਫਿਰ ਜਾਣਾ ਫਿਰ ਆ ਜਾਣਾ ਫਿਰ ਕਲੀਆਂ ਪਵਾ ਦੇਣੀਆਂ ਝੰਡੀਆਂ ਲਵਾ ਦੇਣਾ ਜੀ, ਲੱਗ ਗਿਆ ਬੰਨ, ਚਲੋ ਅਸੀਂ ਤੁਹਾਨੂੰ ਪੈਸੇ ਵਿਖਾ ਦਿੰਦੇ ਗੌਰਮੈਂਟ ਦੇ ਖਾਤੇ 'ਚ, ਤੁਹਾਡੇ ਪੈਸੇ ਪੈ ਗਏ, ਆਹ ਹੋ ਗਿਆ, ਇੱਕ ਜੀ ਮਤਲਬ ਇੱਕ ਖਿਡੌਣੇ ਦੀ ਤਰ੍ਹਾਂ ਇਹਨਾਂ ਲੋਕਾਂ ਨੇ ਨਚਾਇਆ ਸਾਨੂੰ, ਇਹ ਬਹੁਤ ਗਲਤ, ਇਹ ਤੁਸੀਂ ਜਿਹੜਾ ਮੁੱਦਾ ਸਾਡਾ 7 ਕਿਲੋਮੀਟਰ ਦਾ,
ਇਹ ਤਾਂ ਸੰਸਦ ਦੇ ਵਿੱਚ ਪੂਰੇ ਜ਼ੋਰ ਨਾਲ ਉਠਾਓ ਵੀ ਇਹਨਾਂ ਇਹ ਧਰਮਕੋਟ ਦੇ ਹਲਕੇ ਦਾ ਕੀ ਕਸੂਰ? ਫਿਰ ਕੋਈ ਗੱਲ ਹੁਣ ਮੇਰੇ ਜੀ ਬੱਚਿਆਂ ਦੇ ਕਿਸਾਨ ਆਤਮ ਹੱਤਿਆ ਕਰਦੇ, ਮੈਂ ਦੱਸੋ ਇੱਥੇ ਕੀ ਵੀ ਅੱਜ ਸਾਡੀ ਕੀ ਪੀ ਅੱਜ ਵੇਖੋ ਕੀ ਤੁਸੀਂ ਕੀ ਕਰਾਂਗੇ? ਅਸੀਂ 20,000 ਰੁਪਈਆ ਇੱਕ ਦਾ ਹੁਣ ਲਾ ਚੁੱਕੇ ਹਾਂ ਤੋਂ ਪਹਿਲਾਂ ਇਹਨਾਂ ਦਾ ਝੋਨਾ ਜਿਹੜਾ ਥਾਲੇ ਦੇ ਅਸੀਂ ਮਤਲਬ ਸਾਨੂੰ ਮਿਲਣਾ ਕੀ ਆ ਦੂਜੇ ਤੀਜੇ ਸਾਲ ਜੋ ਇਲੈਕਸ਼ਨ ਆ 2-3 ਹਜ਼ਾਰ ਰੁਪਈਆ ਕੰਮ ਕਰੋ ਜਾਂ ਨਾ ਕਰੋ, ਸਾਡੇ ਇੱਕ ਇੱਕ ਬੱਚਿਆਂ ਦੀ ਤਰ੍ਹਾਂ ਸਾਡੇ ਇੱਕ ਮੈਂਬਰਾਂ ਦੀ ਤਰ੍ਹਾਂ ਤੁਸੀਂ ਖੜੇ ਸਾਡੇ ਵਿਚਕਾਰ, ਇੱਥੇ ਆਏ ਆ ਪਾਸਿਓ ਜੋ ਸਾਨੂੰ ਹਵਾ ਨਹੀਂ ਲੱਗਦੀ ਤੁਹਾਡੇ ਕੋਲ ਮੁਸ਼ਕਿਲ, ਮੈਨੂੰ ਦੱਸ ਵੀ ਤੁਸੀਂ ਗੱਲ ਕੀਤੀ ਸਾਡੇ ਕੋਲ ਮੁਸ਼ਕਿਲ ਨਹੀਂ ਆਉਂਦਾ, ਜਾਂ ਵੋਟਾਂ ਉੱਥੋਂ ਜੋ ਲੋੜ ਨਹੀਂ ਪੈਣੀ ਉਦੋਂ ਤਾਂ ਤੁਸੀਂ ਸਾਨੂੰ ਪਿਓ ਕੇ ਬਾਪੂ ਆਨੇ ਆ, ਤੇ ਜਦੋਂ ਚਲੇ ਜਾਂਦੇ ਉਦੋਂ ਬਾਅਦ ਅਸੀਂ ਮੁਸ਼ਕਿਲ ਲੱਗ ਪੈਣ ਸਾਡੇ ਕੋਲ ਇਹੀ ਤਾਂ ਦੁੱਖ। ਠੀਕ ਆ, ਅਸੀਂ ਬਹੁਤ ਤੁਹਾਡੇ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇੰਨਾ ਸਮਾਂ ਦਿੱਤਾ, ਸੰਗਰੂਰੋਂ ਚੱਲ ਕੇ ਸਾਡੇ ਧਰਮ ਫਰੀਦਕੋਟ ਹਲਕੇ ਦਾ ਸਾਡਾ ਦੌਰਾ ਕੀਤਾ, ਅਸੀਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦੇ ਚੈਨਲ।